ਹਾਂਜੀ ਭਾਜੀ, ਅਸੀਂ ਨਾ ਡੋਰ ਟੂ ਡੋਰ ਕਰਕੇ ਆ ਰਹੇ ਸੀ ਜੀ ਵਾਪਸ। ਜਦੋਂ ਹੀ ਅਸੀਂ ਗੱਡੀ 'ਚ ਬੈਠੇ ਨਾ, ਅਸੀਂ ਪਿੱਛੇ ਬੈਠੇ ਸੀ, ਮੈਂ ਅਤੇ ਮੇਰੇ ਸਿਸਟਰ ਔਰ ਬ੍ਰਦਰ ਡਰਾਈਵ ਕਰ ਰਹੇ ਸੀ ਜੀ। ਬ੍ਰਦਰ ਡਰਾਈਵ ਕਰ ਰਹੇ ਸੀ ਜੀ, ਉਹ ਪਿੱਛੋਂ ਇੰਨੀ ਜ਼ੋਰ ਦੀ ਆਵਾਜ਼ ਆਈ ਜਿੱਦਾਂ ਕਿਸੇ ਨੇ ਰੋਡ ਮਾਰੀ ਹੁੰਦੀ ਹੈ। ਜਦੋਂ ਹੀ ਅਸੀਂ ਨਿਕਲ ਕੇ ਦੇਖਿਆ, ਸਾਡਾ ਸ਼ੀਸ਼ਾ ਟੁੱਟਿਆ ਔਰ ਦੋ ਮੁੰਡੇ ਬਾਈਕ 'ਤੇ ਸੀਗੇ, ਉਹ ਇੱਕਦਮ ਨਿਕਲ ਗਏ ਜੀ। ਲੱਗ ਰਿਹਾ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਿਹੜੀ ਪਾਰਟੀ ਦੀ ਕੰਪੇਨ ਕਰ ਰਹੇ ਸੀਗੇ ਅਤੇ ਕਿਹਦੇ ਵੱਲੋਂ ਕੰਪੇਨ ਕਰ ਰਹੇ ਸੀਗੇ ਅਤੇ ਤੁਸੀਂ ਕਿਹਨਾਂ ਦੇ ਵਾਈਫ ਹੋ? ਹਾਂਜੀ, ਮੈਂ ਕੜਵਲ ਸਾਹਿਬ ਦੀ ਵਾਈਫ ਹਾਂ ਜੀ। ਅਸੀਂ ਕਾਂਗਰਸ ਪਾਰਟੀ ਬਣੀ ਹੋ, ਕੜਵਲ ਸਾਹਿਬ ਬਣੀ ਹੋ, ਕੰਪੇਨ ਕਰ। ਹਾਂਜੀ ਹਾਂਜੀ ਸਰ। ਤੁਹਾਨੂੰ ਲੱਗ ਰਿਹਾ ਕਿਸੇ ਸ਼ਬਦ ਦੇ ਆਧਾਰ 'ਤੇ ਕਿਸੇ ਦੇ ਪੋਲੀਟਿਕ ਪਾਰਟੀ ਦੇ ਦੂਜੇ? ਹਾਂਜੀ, ਮੈਂ ਦੇਖਿਆ ਜੀ, ਜਿਹੜੇ ਬੱਚੇ ਬਾਈਕ 'ਤੇ ਆਏ ਸੀ ਨਾ, ਜਿਹੜੇ ਬੋਇਜ਼ ਆਏ ਸੀਗੇ, ਉਹਨਾਂ ਦੇ ਲੱਗਿਆ ਹੋਇਆ ਸੀ ਲੈਟਰ ਬਾਕਸ ਦਾ, ਉਹ ਲੱਗਿਆ ਹੋਇਆ ਸੀਗਾ, ਸਟਿੱਕਰ ਲੱਗਿਆ ਹੋਇਆ ਸੀ। ਹਾਂਜੀ, ਤੇ ਹੁਣ ਕੋਈ ਪੁਲਿਸ ਕਾਰਵਾਈ ਕਰਾਉਂਗਾ ਤੁਸੀਂ, ਕੋਈ ਇਹਦੀ ਕੰਪਲੇਂਟ ਦਿਓਗੇ? ਨਹੀਂ ਜੀ, ਕੋਈ ਕੰਪਲੇਂਟ ਨਹੀਂ ਕਰਾਂਗੇ ਜੀ ਅਸੀਂ, ਪਰ ਅਸੀਂ ਇਹ ਜ਼ਰੂਰ ਕਹਾਂਗੇ ਜੀ, ਇਹ ਗਲਤ ਹੈ ਜੀ। ਤੁਹਾਡੇ ਜਾਨੀ ਹਮਲਾ ਹੋਇਆ, ਤਾਂ ਲੱਗ ਰਿਹਾ ਕਿਤੇ ਨਾ ਕਿਤੇ ਤੁਹਾਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹਦੇ? ਹਾਂਜੀ ਬਿਲਕੁਲ ਹੋ ਸਕਦਾ ਸੀ ਜੀ। ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ? ਪੁਲਿਸ ਕਾਰਵਾਈ ਅਸੀਂ ਇਸ ਲਈ ਨਹੀਂ ਕਰ ਰਹੇ ਜੀ, ਅਸੀਂ ਇਸ ਚੱਕਰ 'ਚ ਪੈਣਾ ਨਹੀਂ ਚਾਹੁੰਦੇ ਜੀ। ਅਸੀਂ ਉਹਨਾਂ ਨੂੰ ਕੁਝ ਪ੍ਰੂਫ ਕਰਕੇ ਦਿਖਾਵਾਂਗੇ। ਹਾਂਜੀ, ਅਸੀਂ ਆਪਣਾ ਜੋ ਕਰ ਰਹੇ ਹਾਂ ਜੀ, ਪਰ ਅਸੀਂ ਇਦਾਂ ਦੇ ਚੱਕਰ 'ਚ ਨਹੀਂ ਪੈਣਾ। आप जैसे अभी भाभी ने बताया जी, हम लोग पीछे बैठे थे, भैया ड्राइव कर रहे थे, हम लोग बैक कर रहे थे, डोर टू डोर करके आए थे, सुबह 8 बजे के हम लगे हुए थे। जैसे ही हम बैक कर रहे थे, हम कांग्रेस पार्टी से हैं, कमलजीत सिंह करवल से, तो हम जैसे ही बैक कर रहे थे, दो लड़के बाइक पे आए और आके एकदम से कुछ मारा, हमें नहीं पता चला कि वो क्या था, बट बहुत जोर से लगा, उसका काफी शोर आया। जैसे ही हमने टर्न करके देखा, वो दो लड़के स्पीड से भाग गए, पर हमने स्टिकर जरूर, लेटर बॉक्स जरूर देखा है, पर लड़के नहीं हमने देखे। ਜਿਹੜੇ ਉਹ ਹੰਕਾਰੀ ਇਨਸਾਨ ਨੇ, ਜਿਨ੍ਹਾਂ ਨੂੰ ਪਤਾ ਵੀ ਹੁਣ ਸਾਡੀ ਜਿਹੜੀ ਹਾਰ ਆ ਉਹ ਕੰਧ 'ਤੇ ਲਿਖੀ ਹੋਈ ਆ, ਕਿਉਂਕਿ ਅੱਜ ਜਿਹੜੀ ਇਲੈਕਸ਼ਨ ਇਹ ਲੜੀ ਜਾ ਰਹੀ ਆ, ਉਹ ਉਹਨਾਂ ਕੰਨੀਆਂ ਲੜੀ ਜਾ ਰਹੀ ਆ, ਅਤੇ ਮੇਰੀ ਵਾਲੀ ਜਿਹੜੀ ਇਲੈਕਸ਼ਨ ਲੜ ਰਹੇ ਨੇ ਉਹ ਸੰਗਤ ਲੜ ਰਹੀ ਆ। ਅਤੇ ਬੁਖਲਾਹਟ ਦੇ ਵਿੱਚ ਅੱਜ ਆ ਕੇ ਜਿਹੜਾ ਇਹਨਾਂ ਨੇ ਹਾਦਸਾ ਕੀਤਾ, ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਔਰਤਾਂ ਦੀ ਗੱਡੀ ਦੇ ਉੱਤੇ ਹਮਲਾ ਕਰਕੇ ਇਹ ਸੀਟ ਜਿਹੜੀ ਜਿੱਤਣਾ ਚਾਹੁੰਦੇ ਆ, ਇਹ ਇਹਨਾਂ ਦੇ ਮਨ ਦਾ ਵਹਿਮ ਆ। ਕਿਉਂਕਿ ਜਿਹੜਾ ਸੰਗਤ ਨੇ ਮਨ ਬਣਾ ਲਿਆ ਉਹਨੂੰ ਕੋਈ ਰੋਕ ਨਹੀਂ ਸਕਦਾ, ਅਤੇ ਇੱਦਾਂ ਬਦਮਾਸ਼ੀ ਕਰਕੇ ਜਿਹੜੇ ਸੱਜਣ ਚਾਹੁੰਦੇ ਆ ਵੀ ਅਸੀਂ ਇਲੈਕਸ਼ਨ ਜਿੱਤਣਾਗੇ, ਮੈਨੂੰ ਲੱਗਦਾ ਨਹੀਂ ਵੀ ਕੋਈ ਐਸਾ ਜਿਹੜਾ ਹੁਣ ਲੋਕਾਂ ਨੇ ਕੋਈ ਜਿਹੜਾ ਮਨ ਬਣਾਇਆ ਉਹਨੂੰ ਇਹ ਬਦਲ ਸਕਣਗੇ। ਸੋ ਤੁਸੀਂ ਆਹ ਵੀਡੀਓ ਦੇਖੀ ਆ, ਇਹ ਤਾਂ ਹੈ ਨਹੀਂ, ਉਹ ਵੀਡੀਓ ਦੇ ਵਿੱਚ ਵੀ ਅਸੀਂ ਕੋਈ ਜਾਲੀ ਵੀਡੀਓ ਬਣਾ ਕੇ ਪਾਈ ਆ, ਉਹਦੇ ਵਿੱਚ ਉਹ ਵੀਡੀਓ ਦੇ ਵਿੱਚ ਇਹਨਾਂ ਦਾ ਸਾਰਾ ਪਰਿਵਾਰ ਲੱਗਿਆ ਹੋਇਆ, ਲੋਕਾਂ ਦੇ ਬੈਨਰ ਪਾੜਨ, ਆਪਣੇ ਅਗੇਂਸਟ ਜਿੰਨੇ ਵੀ ਪੋਲੀਟੀਕਲ ਲੀਡਰ ਕੈਂਡੀਡੇਟ ਖੜ੍ਹੇ ਨੇ ਉਹ ਸਾਰਿਆਂ ਦੇ ਇਹ ਬੈਨਰ ਪਾੜਨ ਲੱਗੇ ਹੋਏ ਨੇ। ਅਤੇ ਅੱਜ ਗਲੀਆਂ ਦੇ ਵਿੱਚ ਜੋ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਸੋ ਅੱਜ ਉਹਦੀ ਇਹ ਕੜੀ ਆ ਵੀ ਜਿਹੜਾ ਗੱਡੀ 'ਤੇ ਹਮਲਾ ਕਰਕੇ ਵੀ ਇਹ ਪਰਿਵਾਰ ਨੂੰ ਚੋਣ ਕੰਪੇਨ ਕਰਨ ਤੋਂ ਰੋਕਿਆ ਜਾਵੇ, ਅਤੇ ਜਿਹੜੇ ਇਹਦੇ ਸਪੋਰਟਰਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਕੀਤਾ ਜਾਵੇ। ਇਸ ਚੁਣਾਵ ਆਯੋਗ ਨੂੰ ਸ਼ਿਕਾਇਤ ਕਰੋਗੇ ਤੁਸੀਂ? ਬਿਲਕੁਲ, ਇਹਦੀ ਚੋਣ ਆਯੋਗ ਕਮਿਸ਼ਨ ਨੂੰ ਇਹਦੀ ਸ਼ਿਕਾਇਤ ਕੀਤੀ ਜਾਊਗੀ। ਸੋ ਪੁਲਿਸ ਦਾ ਜਿਹੜੀ ਕਾਰਵਾਈ ਆ ਪੁਲਿਸ ਨੇ ਕਰਨੀ, ਅਸੀਂ ਆਪਣੀ ਜਿਹੜੀ ਦਰਖਾਸਤ ਪੁਲਿਸ ਨੂੰ ਦੇ ਦਾਂਗੇ, ਸੋ ਤੇ ਜਿਹੜੀ ਬਣਦੀ ਕਾਰਵਾਈ ਆ ਪੁਲਿਸ ਕਰੇਗੀ। ਜੇਕਰ ਗੱਲ ਕਰੀਏ ਡੀਸੀ ਰਵੀ ਭਗਤ ਜੀ ਨੂੰ ਇਹਦੀ ਸ਼ਿਕਾਇਤ ਕੀਤੀ ਜਾਏਗੀ ਤੁਹਾਡੇ ਵੱਲੋਂ? ਬਿਲਕੁਲ ਕੀਤੀ ਜਾਏਗੀ ਜੀ, ਸ਼ਿਕਾਇਤ ਜਿਹੜੀ ਮੌਕੇ ਤੇ ਬੁਲਾਇਆ ਜਾਏਗਾ। ਸੋ ਜਿਹੜੀ ਇਹ ਕਾਰਵਾਈ ਆ ਕੀਤੀ ਆ, ਉਹਨਾਂ ਦੀ ਇਹਦੀ ਸ਼ਿਕਾਇਤ ਤਾਂ ਜ਼ਰੂਰ ਕੀਤੀ ਜਾਣੀ ਬਣਦੀ ਆ, ਸਾਡੇ ਕੋਲ ਨਹੀਂ ਉਹ ਕੀਤੀ ਜਾਊਗੀ।